एक होर वीर नाल गल करदे आ, तैयारी है इन्हां दी फट्टे चक्कण दी, डांग सोटा लैके आए ने। जे मोदी ना लौट आया फिर ये तैयार बैठे ने ट्राली च पिछे, कहिंदे वी फिर साडे हत्थ, पहला मूरलियां दे हत्थ नहीं फिर साडे हत्थ। हाँ जी, वाहिगुरू जी का खालसा वाहिगुरू जी की फतेह। साडे गुरु साहिब ने जी, गुरु अर्जन पातशाह ने सानूं सिखाया सबर संतोख, पहला तो असीं उहदे नाल चलदे आ, उदों बाद फिर साढ़े छेवें पातशाह ने तलवार चक्की भी ये ना बंदा हटे, फिर गुरु गोबिंद सिंह जी ने फिर सबर तो सिखाया सानूं, आपदे चारे बच्चे शहीद करा ले उन्होंने, पर सबर संतोख रखिया। जब एंड ते अखीर हो गई भी हुणे हटदा ही नहीं, फिर तलवार चक्की, उही काम हुण साडा, असीं उहदी बनसां, असीं सबर संतोख नाल उरे बैठे हाँ सबर नाल। ਇਹ ਜਿਹੜੀਆਂ ਤੋਪਾਂ ਦਿਖਾਉਂਦੇ ਨੇ ਪਾਣੀ ਵਾਲੀਆਂ, ਉਹ ਤਾਂ ਇੰਨੇ ਮੀਂਹ ਪੈਂਦੇ ਜੇ ਅਸੀਂ ਨੀਰਾ ਵੱਢਦੇ ਹਾਂ, ਆਹ ਜਿਹੜੇ ਕੰਡੇ ਵਾਲੀ ਤਾਰ, ਏਡੇ ਏਡੇ ਕੰਡੇ ਤਾਂ ਸਾਡੇ ਰੋਜ਼ ਲੱਗਦੇ ਨੇ, ਆਹ ਪਾਣੀ ਦੀਆਂ ਤੋਪਾਂ ਜਿਹੜੇ ਜਿਹੜੇ ਤਾਂ ਸਾਡੇ ਕੋਲ ਸਪਰੇ ਪੰਪ ਨੇ, ਅਸੀਂ ਪਾ ਕੇ ਕਲੋਰੋ ਦਵਾਈ ਇਹਨਾਂ ਨੂੰ ਕਰ ਦਾਂਗੇ ਸੈੱਟ। ਇਹਦਾ ਜਦੋਂ ਸਾਨੂੰ ਉੱਪਰੋਂ ਹੁਕਮ ਹੋ ਗਿਆ, ਇਹਦਾ ਤੋੜ ਕੇ ਮੋਦੀ ਦੇ ਬੰਗਲੇ 'ਚ ਜਿੱਥੇ ਵੀ ਇਹ ਕਰੋਨਾ ਕਰਾਨਾ ਕਰੀਨਾ ਕਰੂਨਾ ਕੋਲ ਹੋਊਗਾ, ਕੱਢ ਲਿਆਵਾਂਗੇ, ਇਹ ਚੰਗਾ ਰਹੂਗਾ। ਜੇ ਸਾਡੇ ਸਬਰ ਦਾ ਬੰਨ ਦੇਖਣਾ ਨਾ, ਸਾਡੇ ਜ਼ਿਮੀਂਦਾਰਾਂ ਨੂੰ, ਸਾਰੇ ਪੰਜਾਬ ਨੂੰ, ਭਾਰਤ ਨੂੰ, ਕਿਸਾਨਾਂ ਨੂੰ ਖੁਸ਼ ਰੱਖੇ, ਸਾਡਾ ਉਹ ਦੇਖਣੀ ਹੈ ਨਾ, ਜਜ਼ਬਾ ਦੇਖਣਾ, ਸਾਡਾ ਪੰਗਾ ਚੀਨ ਨਾਲ ਦਬਾਵੇ, ਇਹ ਮੂਹਰੇ ਚੱਲੇ, ਇਹਦੇ ਮੰਤਰੀਆਂ ਨੂੰ ਲੈ ਕੇ ਆ, ਜਿਹੜੇ ਅਡਾਨੀ ਬਾਨੀ ਨੇ ਇਹਨਾਂ ਨੂੰ ਮੂਹਰੇ ਲਾਵੇ, ਅਸੀਂ ਨਾਲ ਜਾਂਦੇ ਹਾਂ। ਜਿਹੜੀ ਚੀਨ 'ਤੇ ਇਹ ਕਹਿੰਦੇ ਨੇ, ਰਾਹੁਲ ਗਾਂਧੀ ਕਹਿੰਦਾ ਵੀ ਚੀਨ ਨੇ ਰੋਕੀ ਹੋਈ ਆ ਜ਼ਮੀਨ, ਅਸੀਂ ਜ਼ਿਮੀਂਦਾਰ ਛੁਡਾ ਕੇ ਦਿਖਾਉਣੇ ਇਹਨੂੰ, ਅਰੇ ਸਾਡੇ ਨਾਲ ਚੱਲਣ, ਇੱਕ ਇੱਕ ਇੰਚ ਚੀਨ ਦੀ ਖੋਲਾਂਗੇ, ਤੋਂ ਚੈਲੇਂਜ ਸਾਡੇ ਨਾਲ ਪੰਗੇ ਨਾ ਲਵੇ। ਚੈਲੇਂਜ ਕਰਤਾ ਜੀ ਉਹਨਾਂ ਨੇ ਮੋਦੀ ਨੂੰ ਵੀ, ਅਸੀਂ ਚਾਈਨਾ ਤੋਂ ਜ਼ਮੀਨ ਵੀ ਛੁਡਾ ਦਿਆਂਗੇ, ਪਰ ਤੂੰ ਨਾਲ ਚੱਲ ਤੇ ਤੇਰੇ ਜਿਹੜੇ ਮਿੱਤਰ ਨੇ ਅਡਾਨੀ ਅੰਬਾਨੀ ਉਹਨਾਂ ਨੂੰ ਨਾਲ ਮੂਹਰੇ ਲਾ, ਗਰੀਬਾਂ ਨਾਲ ਪੰਗੇ ਨਾ ਲੈ। ਹਾਂ, ਗਰੀਬਾਂ ਨਾਲ ਪੰਗੇ ਨਾ ਲੈ, ਦੁਰਸਤ ਗੱਲ ਹੈ, ਤੇ ਹੁਣ ਤਿਆਰ ਨੇ ਇਹ ਲੰਬੀ ਲੜਾਈ ਵਾਸਤੇ, ਤਿਆਰੀ ਕਰਕੇ ਆਏ ਨੇ, ਬਿਸਤਰਾ ਲੈ ਕੇ ਆਏ ਨੇ, ਰਾਸ਼ਨ ਲੈ ਕੇ ਆਏ ਨੇ। ਭਾਈ ਸ਼ਿਵ ਕੁਮਾਰ ਮਲਿਕ ਸੋਨੀ ਪਤ ਹਰਿਆਣਾ, ਭਾਈ ਖਾਲੀ ਪੰਜਾਬ ਪੰਜਾਬ ਨੇ ਟਾਰਗੇਟ ਨਾ ਕਰਿਆ ਭਾਈ, ਸਰਕਾਰ ਹਰਿਆਣਾ ਵੀ ਹੈ, ਠੀਕ ਹੈ ਨਾ, ਜੇ ਬੋਲਦੇ ਮੈਂ ਪੰਜਾਬ ਪੰਜਾਬ ਆਇਆ ਹੈ, ਹਰਿਆਣਾ ਵੀ ਹੈ, ਹਰਿਆਣਾ ਵੀ ਸਾਥ ਹੈ, ਚੀਨ ਚੈਨ ਸੌਦਾ ਕਿਆ ਯੋ ਕੁਛ ਵੀ ਨਹੀਂ, ਪੂਰਾ ਭਾਰਤ ਹੈ, ਹਰਿਆਣਾ ਪੰਜਾਬ ਪੰਜਾਬ ਹਰਿਆਣਾ ਨੂੰ ਇਕੱਠੇ ਕਰਦੇ ਹੋ ਨਾ, ਚੀਨ ਚੈਨ ਤੋਂ ਬਚਦੇ ਫਿਰਾਂਗੇ। ਦੂਸਰੀ ਚੀਜ਼ ਕਿਆ ਹੈ, ਇੱਕ ਚੀਜ਼ ਹੋਰ ਬਤਾਵਾਂਗਾ ਮੈਮ, ਇੱਕ ਆਪਣੀ ਮਾਤਾ ਜੀ ਹੈ, ਉਹ 100 ਰੁਪਏ ਵਾਲੀ ਬਾਤ ਸਭ ਨੂੰ ਪਤਾ ਹੈ ਬਾਈ, ਕੰਗਣਾ ਨੇ ਕਹੀ ਕੌਣ ਕੇ ਸੌਦਾ ਹੋਵੇ, ਕੰਗਣਾ ਕੰਗਣਾ ਦਾ ਹੈ, ਕੰਗਣਾ ਕਿਸ ਨੇ ਬਣਾਈ, ਆਮ ਜਨਤਾ ਨੇ ਬਣਾਈ, ਫਿਲਮ ਬਣਾਓ ਹੈ, ਹੈਂ ਆਪਣਾ ਫਿਲਮ ਦੇਖੇ ਹੈ, ਟਿਕਟ ਲਿਆ, ਕਿਸ ਨੇ ਬਣਾਇਆ, ਜਨਤਾ ਨੇ ਤਾਂ ਬਣਾਈ, ਕਦਰ ਦੇਖ ਲਓ ਕਿਤਨੀ ਹੈ, ਬੋਲਣਗੇ ਦੇਖ ਲਓ ਕੌਣ ਹੈ ਬਾਈ, ਇੱਕ ਬੰਦਾ ਵਾਲੇ ਦਿਖਾ ਦਿਓ, ਕੋਈ 100 ਰੁਪਏ 500 ਰੁਪਏ 1000 ਰੁਪਏ ਲੈ ਕੇ ਕੋਈ ਆ ਰਿਹਾ, ਉਹ ਸਭ ਆਪਣਾ ਕਿਸਾਨ ਹੈ, ਮਜ਼ਦੂਰ ਹੈ, 36 ਬਰਾਦਰੀ ਕੇ ਲੋਕ ਆਪਕੋ ਮਿਲਣਗੇ, ਆਪ ਪੱਤਰਕਾਰ ਬੰਧੂ ਹੋ, ਆਪ ਘੁੰਮ ਲੀ ਲਿਆ ਹੋਗੇ ਔਰ ਵੀ ਘੁੰਮ ਲਓਗੇ, ਹੈਂ ਇਹ ਸਾਰੇ ਚੀਜ਼ ਹੈ, ਹਮ ਕੰਧੇ ਤੇ ਕੰਧਾ ਮਿਲਾ ਕੇ ਪੰਜਾਬ ਕੇ ਸਾਥ ਖੜੇ ਹੈ, ਖੜੇ ਰਹਾਂਗੇ। ਇੱਕ ਚੀਜ਼ ਹੋਰ ਬਤਾਵਾਂਗਾ ਮੈਂ, ਕੁਛ ਸ਼ਰਾਰਤੀ ਤੱਤੋਂ ਘੁਸ ਰਹੇ ਹੈ, ਮਤਲਬ ਜਾਤੀ ਪਾਤ ਨਾ ਲੈ ਕੇ, ਧਰਮ ਨਾ ਲੈ ਕੇ, ਨਾਰਾ ਲਗਾਉਣ ਵਾਲੇ ਨਹੀਂ, ਅਭੀ ਮਤਲਬ ਕਈ ਸਿਲਸਿਲਾ ਚੱਲ ਰਿਹਾ, ਇੱਕ ਹੋਰ ਬਾਈ ਬੜਾ ਭਾਈ ਹਮਾਰਾ ਪੰਜਾਬ ਹੈ ਬਾਈ, ਮੰਨਤੇ ਹਮ ਦਿਲ ਸੇ ਮੰਨਤੇ, ਹਰਿਆਣਾ ਵਾਲੇ ਮੰਨਤੇ ਹੈ ਬਾਈ, ਕਿਆ ਹੈ ਕਿ ਆਪਣਾ ਇਤਨਾ ਭਾਈਚਾਰਾ ਮਨ ਹੋ ਤੋ ਪੰਜਾਬ ਕਾ ਪਾਣੀ ਲੈ ਲਓ ਨਾ, ਸੁਣਿਆ ਹੋਗਾ ਆਪਣੇ ਵੀ, ਹੈ ਮਤਲਬ ਕਿਆ ਹੈ ਪ੍ਰੋਪਗੰਡਾ ਸਰਕਾਰ ਕਾ, ਕਿ ਆਪਣੀ ਬਾਤ ਸੇ ਇਨਕੋ ਭਟਕਾ ਦੋ, ਜੋ ਮੇਨ ਮੁੱਦਾ ਹੈ ਹਮਾਰਾ ਕਿਸਾਨ ਅੰਦੋਲਨ ਕਾ ਹੈ, ਆਪਣੀ ਰੋਜ਼ੀ ਰੋਟੀ ਕਾ ਹੈ, ਆਪਣੀ ਜ਼ਮੀਨ ਬਚਾਣੇ ਕਾ ਹੈ, ਬਿਲਕੁਲ ਮਤਲਬ ਇਸ ਸੇ ਭੜਕਾ ਦਿਓ, ਔਰ ਇਸ ਕੇ ਪਿੱਛੇ ਲਗਾ ਦਿਓ ਬਾਈ, ਹਰਿਆਣਾ ਪੰਜਾਬ ਵਾਲਾ ਇਹ ਹੋ ਜਾਏਗਾ ਬਾਈ, ਹਮਾਰਾ ਪਾਣੀ ਦਿਓ ਬਈ, ਹਮਨੇ ਪਾਣੀ ਨਹੀਂ ਦਿੰਦਾ, ਠੀਕ ਹੈ ਨਾ, ਇਹ ਲੜਾਈ ਨਹੀਂ ਦਿੰਦੀ ਹਮਨੇ, ਹਮਨਾ ਆਪਣਾ ਭਾਈਚਾਰਾ ਚੀ ਆ, ਪੰਜਾਬ ਵਾਲੇ ਭਾਈ ਇਤਨੇ ਦੋ ਤਾਂ ਚਾਹ ਲਗਾ ਰਹੇ ਨਾ, ਹਮ ਇਹ ਮਤਲਬ ਇਨ ਕੀ ਇਤਨੀ ਇੱਜ਼ਤ ਬਣ ਗਈ ਹਮਾਰੇ ਅੰਦਰ ਹਰਿਆਣਾ ਵਾਲੇ ਪ੍ਰਤੀ, ਬਹੁਤ ਜ਼ਿਆਦਾ ਬਣ ਗਈ ਤਾਂ ਬਹੁਤ ਅੱਛੀ ਬਾਤ ਹੈ, ਮਾਰੇ ਬੜੇ ਭਾਈ ਹੈ, ਦਿਲ ਸੇ ਕਹਿ ਰਹੇ ਹਨ ਕਿ ਪ੍ਰਤੀ ਬਹੁਤ ਹੀ ਦਇਆ ਭਾਵ ਹਮਾਰੇ ਲਈ, ਦੇਖੋ ਪਹਿਲੀ ਬਾਤ ਤਾਂ ਜੋ ਆਪਨੇ ਕਹੀ ਕੰਗਣਾ ਕੀ, ਮੈਂ ਤਾਂ ਉਹ ਕਹੂੰਗਾ ਜੋ ਘੋੜੇ ਕੇ ਸਪ੍ਰਿੰਗੋਂ ਪੇ ਐਕਟਿੰਗ ਕਰਨੇ ਵਾਲੀ ਪੰਗੇ ਲੈ ਰਹੀ ਹੈ ਕਿਸਾਨੋਂ ਸੇ, ਗਲਤ ਹੈ ਯਾਰ, ਉਹ ਸਮਝ ਨਹੀਂ ਰਹੀ ਨਾ, ਝਾਂਸੀ ਕੀ ਰਾਨੀ ਦਿਖਾਤੇ ਥੇ ਲੱਕੜੀ ਕੇ ਘੋੜੇ ਪੇ ਸਪ੍ਰਿੰਗ ਲਗਾ ਕੇ, ਵੋ ਆਜ ਕਿਸਾਨ ਜੋ ਰਾਤ ਮੇ ਅਕੇਲੇ ਚਲਤੇ ਹੈ, ਸਾਂਪੋ ਕੇ ਉੱਪਰ ਮੇ ਬੈਠ ਕੇ ਚਲ ਕੇ ਪੈਰੋਂ ਕੇ ਨੰਗੇ ਪੈਰ ਖੇਤੀ ਕਰਤੀ ਹੈ, ਉਨਕਾ ਮਜ਼ਾਕ ਉਡਾ ਰਹੀ ਹੈ, ਤੋ ਯੇ ਉਨਕਾ ਨਹੀਂ ਦੇਸ਼ ਕਾ ਮਜ਼ਾਕ ਉਡਾ ਰਹੀ ਹੈ। ਦੂਸਰਾ ਮੈਂ ਕਹੂੰਗਾ, ਆਪ ਪਹਿਲੇ ਵਿਅਕਤੀ ਨਹੀਂ ਹੈ ਜਿਸਸੇ ਬਾਤ ਕਰ ਰਹੇ ਹੈ, ਜੀ ਜੀ ਜੀ, ਬਹੁਤ ਸਾਰੇ ਲੋਗੋਂ ਸੇ ਮੈਂ ਮਿਲਾ ਹੂੰ, ਖਾਪ ਪੰਚਾਇਤ ਵਾਲੋਂ ਸੇ ਮਿਲਾ ਹੂੰ, ਔਰ ਕਰਨਾਟਕਾ ਕੇ ਲੋਗ ਮੁਝੇ ਯਹਾਂ ਮਿਲੇ ਹੈ, ਆਜ ਅਗਰ ਯਹਾਂ ਕਿਸਾਨ ਬੈਠੇ ਹੈ तो इसमें बहुत बड़ा हाथ हरियाणा के किसानों का, जी बहुत बड़ी सपोर्ट है, एक मॉरल सपोर्ट है, और जो खाई पंजाब और हरियाणा के किसानों के बीच में या लोगों के बीच में पहले पॉलिटिशियनों ने डाली थी,
आज उस खाई की भरपाई इस किसान आंदोलन ने करी है और एक छोटे और बड़े भाई वाली जो फीलिंग है पंजाब और हरियाणा में आई है। आप सब लोगों को इस बात की बधाई है कि आप सब इकट्ठे मिलके होके अपने हकों की लड़ाई लड़ रहे हैं, हकों की लड़ाई लड़ रहे हैं। आपका यहाँ चैनल के लिए बहुत बहुत धन्यवाद। डिस्कवर प्लस कुंडली बॉर्डर से आपको दिखाएगा किसान एकता जिंदाबाद, किसान एकता जिंदाबाद, पंजाब से हरियाणा।